ना सुने मदानी चट्टी विच ना मुर्गा बोले हुण जिहो जिहां ने गुड्डियां ओह जे पटोले। सत श्री अकाल जी, पिंडां विचों पिंड विच मैं जस्सी तुहाडा बहुत बहुत स्वागत करदी हाँ। अज असीं आए हाँ पिंड सवाड़ा, जो कि जिला मोहाली विच पैंदा है, ते अज असीं मिलांगे पंजाब दे एक बहुत ही मशहूर गीतकार दे नाल, जिन्हां दे गाने, जिन्हां दे गीत पंजाबी म्यूजिक इंडस्ट्री दे सारे ही मकबूल सिंगर्स ने गाए। जी हाँ, अज असीं मिलांगे जिंद सवाड़ा जी नूं। अज सारा परिवार कठा हो गया, मैं लगता है काफी दिन बाद कठा होया, काफी महीनों बाद कठा थोड़ी आमदनी दे विच सारी कठे हो, मेरे आंदी खुशी सारे कठे हो, सारी कठे हो। अच्छा, मैंने कुछ अपने पिंड बारे तो दसो, तुहाडा पिंड बड़ा मशहूर है। मेरा हाँ जी, मेरे पिंड का ना तो तुहानू पता ही है, सवाड़ा जी, तहसील खरड़ दे जिला मोहाली का, ये सोहना जिहा पिंड है। पिंड तो सारे नू सोहने लगते हैं, पर अपना पिंड हर एक नू ज़्यादा प्यारा लगता, क्योंकि असीं इन्हां गलियां दे विच ਇੱਥੇ ਜੰਮੇ ਆ, ਇੱਥੇ ਪਲੇ ਆ, ਖੇਡੇ ਕੁੱਦੇ ਆ, ਤੇ ਸਾਨੂੰ ਆਪਣਾ ਪਿੰਡ ਬਾਹਲਾ ਹੀ ਚੰਗਾ ਲੱਗਦਾ। ਤੇ ਤੁਸੀਂ ਆਪਣੇ ਪਿੰਡ ਦਾ ਨਾਮ ਨੇ ਨਾਂ ਦੇ ਪਿੱਛੇ ਵੀ ਰੱਖ ਲਿਆ, ਨਾਂ ਦੇ ਜਿੰਦ ਸਵਾੜਾ। ਹਾਂਜੀ, ਇਹ ਮੇਰੀ ਜਿੰਦ ਹੈ, ਜਾਨ ਹੈ ਸਵਾੜਾ। ਵਾਹ ਵਾਹ, ਕੀ ਬਾਤ ਹੈ। ਹਾਂਜੀ ਹਾਂਜੀ, ਮੈਂ ਇਸ ਪਾਸੇ ਇਸ ਕਰਕੇ ਆਇਆ ਵੀ ਜਦੋਂ ਕੋਈ ਕਿਸੇ ਜੋ ਵੀ ਮੇਰੇ ਗਾਇਕ ਗੀਤ ਗਾਉਂਦਾ, ਜਦੋਂ ਕਿਤੇ ਸਵਾੜਾ ਕਹਿੰਦੇ ਵੀ ਤੁਹਾਡਾ ਗਾਣਾ ਵੱਜਦਾ ਸੀ, ਨਜ਼ਦੀਕ ਹੈ। ਵੈਸੇ ਉਹ ਵੀ ਰੋਪੜ ਜ਼ਿਲ੍ਹੇ ਚ ਪੈਂਦਾ, ਜਿਵੇਂ ਇਹ ਮੇਰਾ ਪਿੰਡ ਰੋਪੜ ਜ਼ਿਲ੍ਹੇ ਚ ਪੈਂਦਾ ਸੀ, ਫਿਰ ਹੁਣ ਮੋਹਾਲੀ ਦੇ ਵਿੱਚ ਆ ਗਿਆ। ਹਾਂਜੀ, ਉਹ ਸਾਰੇ ਵਸਿੰਦੇ ਉੱਥੋਂ ਦੇ, ਜਦੋਂ ਉੱਥੋਂ ਫਿਰ ਪਾਕਿਸਤਾਨ ਜਦੋਂ ਬਾਹਰ ਵਸੀ ਹੈ, ਉੱਥੋਂ ਚਲੇ ਗਏ ਸੀ, ਬਾਹਰ ਤੋਂ ਫਿਰ ਆ ਕੇ ਇੱਥੇ ਜ਼ਮੀਨ ਪੈ ਗਈ। ਅੱਛਾ, ਬਾਪੂ ਜੀ ਨੇ ਇੱਥੇ ਆ ਕੇ ਅਸੀਂ ਇੱਥੇ, ਹਾਂਜੀ, ਜਨਮ ਮੇਰਾ ਇੱਥੇ। ਤੁਸੀਂ ਲਿਖਣਾ ਸ਼ੁਰੂ ਕੀਤਾ? ਜੀ ਪੁੱਤੂ ਜੀ। ਉਦੋਂ ਤੁਸੀਂ ਇਸੀ ਪਿੰਡ ਵਿੱਚ ਸੀ ਕਿ ਸਕੂਲ ਵਿੱਚ ਸੀਗੇ ਉਦੋਂ ਥੋਟ ਆਇਆ? ਮੈਂ ਤਾਂ ਇਸੀ ਪਿੰਡ ਦੇ ਵਿੱਚ ਸੀ। ਅਸਲ 'ਚ ਇਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਜੋ ਕਹਾਣੀ ਚੱਲਦੀ ਆ, ਕਿਉਂਕਿ ਮੇਰੇ ਪਿੰਡ ਦਾ ਮੇਰਾ ਪਿੰਡ ਖੁਦ ਪੰਜਾਬ ਜੇਤੂ ਰਹਿ ਚੁੱਕਿਆ, ਰੱਸਾ ਕਸ਼ੀ ਟੱਗ ਆਫ ਵਾਰ ਦੇ 'ਚ ਜੀ। ਅਤੇ ਫਿਰ ਮੈਂ ਟੀਚਰ ਹਾਂ, ਮੇਰੇ ਫਾਦਰ ਸਾਹਿਬ ਵੀ ਟੀਚਰ ਹੈ, ਅਤੇ ਉਦੋਂ ਸਾਡੇ ਇੱਕ ਖਿਆਲ ਉੱਠਿਆ ਵੀ ਕਿਉਂ ਨਾ ਪੰਜਾਬ ਦੇ ਵਿੱਚ ਦੁਬਾਰਾ ਇਸ ਪਿੰਡ ਨੂੰ ਸਾਡਾ ਜੇਤੂ ਹੋਵੇ। ਅਤੇ ਦੂਜੀ ਵਾਰ ਅਸੀਂ ਬੜੀ ਮਿਹਨਤ ਕੀਤੀ 5-6 ਸਾਲ, ਅਤੇ ਅਸੀਂ ਪੰਜਾਬ ਦੇ ਵਿੱਚ ਦੂਜੇ ਨੰਬਰ 'ਤੇ ਆਏ। ਫਿਰ ਉਹ ਸੁਪਨਾ ਪੂਰਾ ਨਾ ਹੋਇਆ, ਅਤੇ ਸੁਪਨਾ ਜਦੋਂ ਤੁਹਾਡਾ ਅਧੂਰਾ ਰਹਿ ਜਾਂਦਾ ਤਾਂ ਥੋੜ੍ਹਾ ਜਿਹਾ ਅਫਸੋਸ ਤਾਂ ਹੁੰਦਾ ਹੀ ਹੈ ਨਾ। ਫਿਰ ਇਸ ਲਾਈਨ ਦੇ ਵਿੱਚ ਵੀ ਜਦੋਂ ਗੱਡੀ ਦਾ ਕੋਈ ਜਿਵੇਂ ਚੇਂਜ ਕਰਨਾ ਹੁੰਦਾ, ਕਾਂਟਾ ਬਦਲਦੇ ਆ, ਇਸ ਤਰ੍ਹਾਂ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਮੋੜ ਆਇਆ ਜਿੱਥੋਂ ਫਿਰ ਮੈਂ ਗੀਤਕਾਰ ਬਣਿਆ। ਉਹ ਕੀ ਮੋੜ ਸੀ, ਮਤਲਬ ਮੋੜ ਇਹ ਸੀ ਵੀ ਮੈਂ ਪ੍ਰਾਮ ਸਿੰਘ, ਮੇਰੇ ਫਾਦਰ ਸਾਹਿਬ ਸਰਪੰਚ ਬਣੇ ਇਸ ਪਿੰਡ ਦੇ, ਖਰੜ ਬਲਾਕ ਸੰਮਤੀ ਦੇ ਮੈਂਬਰ ਰਹੇ ਹਾਂ, ਅਤੇ ਜਦੋਂ ਇਲੈਕਸ਼ਨ ਆਉਂਦੀਆਂ ਇੱਕ ਪਿੰਡਾਂ ਦੇ ਲਈ ਬਹੁਤ ਵੱਡਾ ਦੁਖਾਂਤ ਵੀ, ਉਦੋਂ ਫਰਿਕਸ਼ਨ ਪੈ ਗਈ ਥੋੜ੍ਹੀ ਜਿਹੀ, ਪੈ ਹੀ ਜਾਂਦੀ ਹੈ, ਮਨ ਮੁਟਾਵ ਦੇ ਹੋ ਜਾਂਦੇ, ਭਾਵੇਂ ਸਾਡਾ ਸਾਰੇ ਸਤਿਕਾਰ ਕਰਦੇ ਸੀ, ਉਹਨਾਂ ਦਾ ਸਤਿਕਾਰ ਕਰਦੇ ਸੀ, ਪਰ ਉਹ ਟੀਮ ਦੇ ਉੱਪਰ ਅਸਰ ਜ਼ਿਆਦਾ ਪੈ ਗਿਆ, ਉਹ ਇੱਕ ਦੋ ਪਲੇਅਰ ਉਹਨਾਂ ਵਿੱਚ ਟੁੱਟ ਗਏ, ਅਤੇ ਮੈਂ ਫਿਰ ਮੇਰਾ ਪ੍ਰਾਮ ਰਹਿਣਾ ਬੜਾ ਓਕੇ, ਅਤੇ ਫਿਰ ਮਤਲਬ ਕਿਤੇ ਨਾ ਕਿਤੇ ਰੁਚੀ ਜਿਹੜੀ ਉਸ ਰੂਪ ਦੇ 'ਚ ਹੈ ਵੀ ਮੈਂ ਸ਼ਾਮ ਨੂੰ ਇੱਕ ਦਿਨ ਸੈਰ ਕਰਦਾ ਸੀ ਮੇਰੇ ਨਜ਼ਦੀਕੀ ਪਿੰਡ ਦਾ, ਜੋ ਪਿੱਛੋਂ ਫਿਰ ਮਕਬੂਲ ਹੋਇਆ ਦਿਲ ਸਿੰਘ ਦੇ ਨਾਂ 'ਤੇ, ਉਦੋਂ ਬਲਵਿੰਦਰ ਬੱਲੀ ਸੀ। ਅੱਛਾ, ਉਹਨਾਂ ਨੂੰ ਮੈਨੂੰ ਛੱਡਣ ਦਾ ਉਹਨਾਂ ਨੇ ਕਿਹਾ ਵੀ ਸਾਨੂੰ ਸਾਡੇ ਪਿੰਡ ਛੱਡਿਆ, ਅਤੇ ਮੈਂ ਉਹਨਾਂ ਗੱਡੀ 'ਚ ਬਿਠਾਲੇ ਨੂੰ ਛੱਡਣ ਤੁਰ ਪਿਆ, ਅਤੇ ਰਸਤੇ ਦੇ ਵਿੱਚ ਗੱਲ ਚੱਲ ਪਈ, ਉਹ ਕਹਿੰਦੇ ਵੀ ਤੁਹਾਨੂੰ ਤਕਲੀਫ ਦਿੱਤੀ ਹੈ, ਮੈਂ ਕਿਹਾ ਮੈਨੂੰ ਕੋਈ ਤਕਲੀਫ ਕਾਹਦੀ ਹੈ, ਵੀ ਆਪਾਂ ਇੱਕ ਦੂਜੇ ਦੇ ਕੰਮ ਆਉਂਦੇ ਹਾਂ, ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਉਹ ਗਾਇਕ ਹੈ ਅਤੇ ਉਸ ਪਿੰਡ ਦਾ ਵਸਨੀਕ ਹੈ। ਹਾਂ, ਅਤੇ ਜਦੋਂ ਉਹਨੇ ਆਪਣੇ ਬਾਰੇ ਦੱਸਿਆ ਤਾਂ ਮੇਰੇ 'ਤੇ ਨਿਕਲ ਗਿਆ ਵੀ ਤੂੰ ਉਹ ਮੁੰਡਾ ਜਿਹੜਾ ਗਾਉਂਦਾ, ਅਤੇ ਉਹਨੂੰ ਮਹਿਸੂਸ ਹੋਣਾ ਸੀ, ਇਹ ਕਹਿੰਦਾ ਵੀ ਤੁਸੀਂ ਮੈਨੂੰ ਜਾਣਦੇ ਨਹੀਂ, ਮੈਂ ਕਿਹਾ ਮੈਂ ਜਾਣਦਾ ਪਰ ਤੈਨੂੰ ਵੇਖਿਆ ਪਹਿਲੀ ਵਾਰ, ਮੈਂ ਉਂਝ ਕੱਲ੍ਹ ਮੈਂ ਵੀ ਵਾਹ ਲੈਂਦਾ ਜੀ ਜੀ, ਉਹ ਨੈਕਸਟ ਡੇ ਮੇਰੇ ਕੋਲ ਇੱਥੇ ਆ ਗਿਆ ਜੀ। ਵਾਹ, ਕੀ ਬਾਤ ਹੈ, ਤੇ ਉਹ ਸਿਲਸਿਲਾ ਸ਼ੁਰੂ ਹੋਇਆ, ਸਟੂਡੈਂਟ ਰਿਹਾ ਸੀ, ਇਸ ਕਰਕੇ ਜਦੋਂ ਫਿਰ ਉਹ ਇੱਥੇ ਆਇਆ
ਤੇ ਉਹ ਕਹਿਣ ਲੱਗੇ ਮਾਸਟਰ ਜੀ ਕਿੱਥੇ ਆ ਬਾਪੂ ਜੀ ਕਹਿਣ ਲੱਗੇ ਅੰਦਰ ਹੈ ਕਹਿੰਦਾ ਸੁਖਜਿੰਦਰ ਇੱਥੇ ਉਹਨੂੰ ਮਿਲਦਾ ਹੈ ਬਲਵਿੰਦਰ ਸਿੰਘ ਵਾ ਵਸੀਲਾ ਬੰਨਾ ਹੁੰਦਾ ਬਸ ਸਿੱਖ ਉਹ ਬਣ ਗਿਆ ਵਸੀਲਾ ਅੱਛਾ ਮੇਰੀ ਇੰਟਰੋਡਕਸ਼ਨ ਤਾਂ ਕਰਾਓ ਮੁਲਾਕਾਤ ਤਾਂ ਕਰਾਓ ਸਾਰਿਆਂ ਦੇ ਨਾਲ ਜੀ ਜੱਸੀ ਜੀ ਤੁਹਾਡੇ ਪਿੱਛੇ ਨਾਲ ਹੀ ਬੈਠੇ ਮੇਰੇ ਮਿਸਿਸ ਮਨਦੀਪ ਕੌਰ ਸਤਿ ਸ਼੍ਰੀ ਅਕਾਲ ਮਨਦੀਪ ਕੌਰ ਢਾਲੀਵਾਲ ਇਹ ਮੇਰੇ ਬੀਬੀ ਜੀ ਬੈਠੇ ਆ ਜੀ ਸਤਿ ਸ਼੍ਰੀ ਅਕਾਲ ਜੀ ਨਛੱਤਰ ਕੌਰ ਜੀ ਤੇ ਛੋਟੇ ਬ੍ਰਦਰ ਦੇ ਮਿਸਿਸ ਆ ਜੀ ਸਤਿ ਸ਼੍ਰੀ ਅਕਾਲ ਕਮਲਜੀਤ ਕੌਰ ਛੋਟੇ ਭਰਾ ਦੇ ਚਾਚੇ ਦੇ ਨੂੰਹ ਰਾਣੀ ਹੈ ਜੀ ਸਤਿ ਸ਼੍ਰੀ ਅਕਾਲ ਕਮਲਜੀਤ ਕੌਰ ਸਾਡੀ ਭਤੀਜੀ ਹੈ ਜੀ ਮੇਰੀ ਸਤਿ ਸ਼੍ਰੀ ਅਕਾਲ ਜੀ ਰਾਣੀ ਹਾਂ ਜੀ ਮੇਰੀ ਭੈਣ ਹੈ ਜੀ ਰਮਨ ਢਾਲੀਵਾਲ ਸਤਿ ਸ਼੍ਰੀ ਅਕਾਲ ਅਤੇ ਉਹ ਭਾਣਜਾ ਹੈ ਜੀ ਸਾਡੀ ਧੀ ਰਾਣੀ ਹੈ ਜੀ ਮੋਗੇ ਵੱਲ ਤੋਂ ਅਤੇ ਉਹ ਬੇਟਾ ਜੀ ਇਹਨਾਂ ਦਾ ਸਤਿ ਸ਼੍ਰੀ ਅਕਾਲ ਛੋਟੇ ਬ੍ਰਦਰ ਦੇ ਮਿਸਿਸ ਹੈ ਜੀ ਸਤਿ ਸ਼੍ਰੀ ਅਕਾਲ ਕੈਨੇਡਾ ਦੇ ਬਸ ਵਸਨੀਕ ਹੈ ਜੀ ਓਕੇ ਹਾਂਜੀ ਆਪਾਂ ਇੱਧਰ ਆਉਂਦੇ ਹਾਂ ਜੀ ਇਹ ਮੇਰੇ ਛੋਟੇ ਬ੍ਰਦਰ ਹੈ ਪੰਚਾਇਤ ਅਫਸਰ ਹੈ ਜਸਵਿੰਦਰ ਸਿੰਘ ਢਾਲੀਵਾਲ ਅੱਜ ਕੱਲ੍ਹ ਅਮਰੀਕਾ ਦੇ ਵਸਨੀਕ ਹੈ ਹਾਂਜੀ ਛੋਟਾ ਵੀਰ ਹੈ ਜੀ ਗੁਰਪਕਾਰ ਗਿੱਲ ਬਹੁਤ ਵਧੀਆ ਗੀਤਕਾਰ ਹੈ ਤੇ ਮੈਨੂੰ ਮੇਰੀ ਰਹਿਨਮਾਈ ਕਰਦੇ ਰਹੇ ਨੇ ਮੇਰੇ ਸਾਡੂ ਸਾਹਿਬ ਵੀ ਲੱਗਦੇ ਜੀ ਗੁਰਪ੍ਰੀਤ ਨਿਆਮਿਆ ਜੀ ਜਗਬਾਣੀ ਤੋਂ ਤੇ ਬਹੁਤ ਇਹਨਾਂ ਦੇ ਅਕਸਰ ਤੁਸੀਂ ਲੇਖ ਇਹਨਾਂ ਦੇ ਗੁਰਦੁਆਰਿਆਂ ਦੇ ਬਾਰੇ ਤਾਂ ਆਮ ਹੀ ਇਹਨਾਂ ਦੇ ਲਿਖਿਆ ਮਿਲਦਾ ਜੀ ਮੇਰੇ ਪਿੰਡ ਤੋਂ ਸਰਪੰਚ ਹੈ ਜੀ ਹਰਪ੍ਰੀਤ ਗਿੱਲ ਹਾਂਜੀ ਤੇ ਸਾਡੇ ਰੱਸੇ ਦੇ ਥੰਭ ਰਹੇ ਹੈ ਜੀ ਗੁਰਮੀਤ ਸਿੰਘ ਭੱਟੀ ਹਾਂਜੀ ਛੋਟਾ ਬ੍ਰਦਰ ਹੈ ਜੀ ਅੱਗੇ ਅਕਾਲੀ ਪੱਗ ਵਾਲੇ ਅੰਮ੍ਰਿਤਪਾਲ ਸਿੰਘ ਹਾਂਜੀ ਤੇ ਜੱਸਾ ਜੀ ਆਪਣੇ ਸਰਪੰਚ ਸਾਹਿਬ ਹੈ ਹੁਣ ਸਾਡੇ ਪਿੰਡ ਤੋਂ ਛੋਟਾ ਭਰਾ ਹੈ ਜੀ ਮੇਰਾ ਅੱਛਾ ਮੈਨੂੰ ਦੱਸੋ ਪਹਿਲੀ ਵਾਰ ਤੁਸੀਂ ਕਲਮ ਕਦੋਂ ਫੜੀ ਸੀ ਜਦੋਂ ਮੈਂ ਜੀ ਰਾਣੀਆਂ ਕਲਮ ਫੜੀ ਹੈ 1994 ਨੱਕ ਦੀ ਤਿਉੜੀ ਚਾੜ ਲੈਣਾ ਆਪ ਸੜਦਾ ਮੈਨੂੰ ਸਾੜ ਲੈਣਾ ਵਿੱਚ ਢਕੋਰੀਆਂ ਮਾਰ ਲੈਣਾ ਗੱਲਾਂ ਕਰ ਤਕਰਾਰ ਦੀਆਂ ਕਦੇ ਤਾਂ ਕਰ ਲਿਆ ਕਰਮਾਈਏ ਦੋ ਕੁ ਗੱਲਾਂ ਪਿਆਰ ਦੀਆਂ ਹਾਂਜੀ ਇਹਨੂੰ ਮੇਰਾ ਪਹਿਲਾ ਗੀਤ ਕਹਿ ਲਓ ਤੇ ਫਿਰ ਮੇਰਾ ਸਭ ਤੋਂ ਪਹਿਲਾ ਗੀਤ ਜਿਹੜਾ ਰਿਕਾਰਡ ਹੋਇਆ ਸਤਵਿੰਦਰ ਵਿੱਟੀ ਦੀ ਆਵਾਜ਼ ਦੇ ਵਿੱਚ ਹੋਇਆ ਅੱਛਾ ਹਾਂਜੀ ਉੱਥੋਂ ਫਿਰ ਮੇਰਾ ਸਮਝੋ ਇੱਕ ਕਿਸਮ ਦੀ ਸਟੈਂਪ ਲੱਗ ਗਈ ਜੋ ਵੀ ਮੈਂ ਲਿਖਦਾ ਮੇਰੇ ਮਿਸਿਸ ਮਨਦੀਪ ਹੈ ਬੀਬੀ ਜੀ ਹੈ ਜੇ ਧੀ ਰਾਣੀਆਂ ਇੱਥੇ ਹੈ ਤਾਂ ਇਹਨਾਂ ਨੂੰ ਵੀ ਸੁਣਾਈਦਾ ਮੈਨੂੰ ਮਤਲਬ ਕੋਈ ਇਸ ਤਰ੍ਹਾਂ ਦੀ ਮੈਂ ਮਾਣ ਜਿਹਾ ਮਹਿਸੂਸ ਕਰਦਾ ਜਿਵੇਂ ਤੇ ਕੋਈ ਛੋਪਲੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਨਾ ਨਿਕਲ ਜਿਹੜੀ ਚੁਭਣ ਜੀ ਮਹਿਸੂਸ ਹੋਵੇ ਸਾਫ ਸੁਥਰਾ ਜੀ ਸਾਫ ਸੁਥਰਾ ਚਲੋ ਤੇ ਹੁਣ ਫਿਰ ਤੁਸੀਂ ਅੱਜ ਮੈਨੂੰ ਆਪਣਾ ਪਿੰਡ ਦਿਖਾਓਗੇ ਪੂਰਾ ਪਿੰਡ ਤੁਹਾਨੂੰ ਚੰਗੀ ਤਰ੍ਹਾਂ ਘੁਮਾ ਕੇ ਲਿਆਉਂਦੇ ਘੁਮਾਓਗੇ ਹਨਾ ਹਾਂਜੀ ਹਾਂਜੀ ਤੇ ਫਿਰ ਹੁਣ ਆਪਾਂ ਇੱਕ ਬ੍ਰੇਕ ਲੈ ਲੈਨੇ ਆ ਤੇ ਬ੍ਰੇਕ ਤੋਂ ਬਾਅਦ ਅਸੀਂ ਤੁਹਾਡੇ ਸਾਰੇ ਪਿੰਡ ਦੀ ਸੈਰ ਕਰਾਂਗੇ ਜੀ ਜੀ ਤੋ ਜੀ ਹੁਣ ਅਸੀਂ ਲੈਨੇ ਆ ਛੋਟਾ ਜਿਹਾ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਅਸੀਂ ਜਿੰਦ ਸਵਾਲਾ ਜੀ ਦੇ ਪਿੰਡ ਦੀ ਸੈਰ ਕਰਾਂਗੇ ਤੁਸੀਂ ਕਿਤਨਾ ਜਾਓ ਵੇਖਦੇ ਰਹੋ ਪਿੰਡਾਂ ਵਿੱਚੋਂ ਪਿੰਡ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਵਿੱਚ ਤੇ ਅੱਜ ਅਸੀਂ ਪਿੰਡ ਦੀ ਸੈਰ ਕਰ ਰਹੇ ਹਾਂ ਬਹੁਤ ਹੀ ਮਸ਼ਹੂਰ ਗੀਤਕਾਰ ਜਿੰਦ ਸਵਾਲਾ ਜੀ ਦੀ ਤੇ ਜਿੰਦ ਜੀ ਤੁਹਾਡਾ ਪੂਰਾ ਨਾਂ ਅਸਲੀ ਨਾਂ ਤਾਂ ਕੁਛ ਹੋਰ ਹੈ ਹਾਂ ਧੀ ਰਾਣੀ ਮੇਰਾ ਪੂਰਾ ਨਾਂ ਹੈ ਸੁਖਜਿੰਦਰ ਸਿੰਘ ਢਾਲੀਵਾਲ ਵਾਹ ਜੀ ਵਾਹ ਤੇ ਫਿਰ ਜਿੰਦ ਕਿਵੇਂ ਪਿਆ ਗੀਤਕਾਰੀ ਦੇ ਖੇਤਰ 'ਚ ਮੈਂ ਜਿੰਦ ਸਵਾੜੇ ਦੇ ਨਾਲ ਮਸ਼ਹੂਰ ਹੋ ਗਿਆ ਹਾਂਜੀ ਇਹ ਇਸ ਕਰਕੇ ਇਹ ਵੀ ਤੁਹਾਨੂੰ ਦੱਸਿਆ ਸੀ ਨਾ ਮੈਂ ਵੀ ਰੱਸਾਕਸ਼ੀ ਦਾ ਪਲੇਅਰ ਹੀ ਹਾਂ ਅਤੇ ਮੇਰੇ ਫਾਦਰ ਸਾਹਿਬ ਸਰਪੰਚ ਬਲਾਕ ਸਮਿਤੀ ਮੈਂਬਰ ਹੈ ਉਹ ਕਈ ਦਫ਼ਾ ਕਹਿੰਦੇ ਹੁੰਦੇ ਸੀ ਵੀ ਇਹ ਕੀ ਹੁਣ ਤੂੰ ਪਹਿਲਾਂ ਉਹ ਸਦਾਈ ਹੋਈ ਰਿਹਾ ਰੱਸਾਕਸ਼ੀ ਦੇ ਬਾਰੇ ਅਤੇ ਫਿਰ ਮੇਰੇ ਮਨ ਦੇ ਵਿੱਚ ਮੈਂ ਉਚਾਰਟ ਰਹਿਣਾ ਸ਼ੁਰੂ ਹੋ ਗਿਆ ਅਤੇ ਸੋਚਿਆ ਕਿਸੇ ਨੇ ਸੁਝਾਅ ਦਿੱਤਾ ਮੇਰੀ ਜ਼ਿੰਦਗੀ 'ਚ ਆਇਆ ਤੁਹਾਨੂੰ ਦੱਸਿਆ ਸੀ ਬਲਵਿੰਦਰ ਬੱਲੀ ਉਹਨਾਂ ਨੇ ਕਿਹਾ ਵੀ ਤੁਸੀਂ ਗੀਤ ਵਧੀਆ ਲਿਖ ਸਕਦੇ ਅਤੇ ਮੈਂ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਅਤੇ ਫਾਦਰ ਸਾਹਿਬ ਤੋਂ ਮੈਂ ਛੁਪਾਉਣ ਖਾਤਰ ਆਪਣੇ ਨਾਂ ਦੇ ਵਿੱਚ ਤਾਂ ਇੱਕ ਟੋਟਾ ਕੱਢ ਲਿਆ ਜਿੰਦ ਅਤੇ ਪਿੰਡ ਪਿੱਛੇ ਮੇਰੇ ਸਵਾੜਾ ਤਾਂ ਮੈਨੂੰ ਇਹੀ ਨਸ਼ਾ ਸੀ ਸਵਾੜੇ ਦਾ ਇਸ ਕਰਕੇ ਮੈਂ ਜਿੰਦ ਸਵਾੜੇ ਪਿੰਡ ਦੀਆਂ ਗਲੀਆਂ ਪਿੰਡ ਨੂੰ ਮੇਲ ਦੀਆਂ ਉਹ ਪਹੀਆਂ ਰਹੀਆਂ ਨਾ ਮੂੰਹ ਮਹਦਰੇ ਬਦਲ ਕੇ ਪਗਡੰਡੀਆਂ ਰਹੀਆਂ ਨਾ ਸਣ ਕੱਢ ਦੇ ਅੱਗ ਵਾਲ ਸੇਕਣਾ ਧੂਣਾ ਸਿਆਲਾਂ ਦਾ ਵੱਖਰਾ ਨਜ਼ਾਰਾ ਹੁੰਦਾ ਸੀ ਪੈਂਦੀਆਂ ਪਿੰਡ ਤਰਕਾਲਾਂ ਤੁਸੀਂ ਤਾਂ ਪੁੱਛੋ ਜੀ ਉਹ ਤਰਕਾਲਾਂ ਪੈਂਦੀਆਂ ਪਿੰਡ ਦੀਆਂ ਦੇਖੀਆਂ ਨਹੀਂ ਤੇ ਬਾਹਲੀ ਮਤਲਬ ਅਸੀਂ ਅਤੀਤ ਦੇ ਵਿੱਚ ਅਸੀਂ ਚਲੇ ਜਾਂਦੇ ਹਾਂ ਅੱਛਾ ਅਗਰ ਅਸੀਂ ਦੁਬਾਰਾ ਤੁਹਾਡੀ
ਗੀਤਾਂ ਦੀ ਗੱਲ ਕਰਦੇ ਹਾਂ, ਸ਼ਾਇਰੀ ਦੀ ਗੱਲ ਕਰਦੇ ਹਾਂ, ਤੁਸੀਂ ਲਗਭਗ 7000 ਤੋਂ ਜ਼ਿਆਦਾ ਤੁਸੀਂ ਗੀਤ ਲਿਖੇ ਅਤੇ ਸਿੰਗਰਸ ਨੇ ਗਾਏ, ਬਹੁਤ ਹੀ ਮਕਬੂਲ ਸਿੰਗਰਸ ਨੇ ਗਾਏ, ਅਤੇ ਕੁਛ ਇੱਦਾਂ ਦੇ ਗੀਤ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਦਿਲ ਦੇ ਬਹੁਤ ਕਰੀਬ ਨੇ? ਵੈਸੇ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਗੀਤ ਤੁਹਾਨੂੰ ਚੰਗੇ ਲੱਗਦੇ ਹੋਣਗੇ, ਬਟ ਕੁਛ ਇੱਦਾਂ ਦੇ ਗੀਤ ਜੋ ਰਾਈਟਰ ਨੂੰ ਗੀਤ ਉਹਦੇ ਪੁੱਤਾਂ ਦੇ ਸਮਾਨ ਹੁੰਦੇ ਆ। ਜਿਵੇਂ ਹੁਣ ਮੇਰੇ ਦੋ ਬੇਟੇ ਆ, ਮਨਿੰਦਰਪਾਲ ਅਤੇ ਆਕਾਸ਼ਦੀਪ ਧਾਲੀਵਾਲ, ਦੋਨੋਂ ਜੇ ਮੈਨੂੰ ਕੋਈ ਪੁੱਛੇ ਤੂੰ ਛੋਟੇ ਨੂੰ ਪਿਆਰ ਕਰਦਾ ਕਿ ਵੱਡੇ ਨੂੰ, ਹੈ ਨਾ, ਇਸ ਤਰ੍ਹਾਂ ਦੀ ਗੀਤਾਂ ਦੀ ਗੱਲ। ਪਰ ਗੀਤਾਂ ਦੇ ਵਿੱਚ ਵੀ ਕਿਸ ਆਪਣੀ ਆਪਣੀ ਕਿਸਮਤ ਹੈ ਗੀਤਾਂ। ਬਿਲਕੁਲ ਬਿਲਕੁਲ, ਜਿਵੇਂ ਕਹਿੰਦੇ ਹੁੰਦੇ ਆ ਵੀ ਏਕ ਬਾਪ ਕੇ ਬੇਟੇ ਦੋ, ਕਿਸਮਤ ਜੁਦਾ ਜੁਦਾ। ਇਸ ਤਰ੍ਹਾਂ ਹੀ ਬੱਚੇ ਹੁੰਦੇ ਆ, ਇੱਕ ਬੇਟਾ ਡੀਸੀ ਦੀ ਕੁਰਸੀ 'ਤੇ ਬੈਠਾ ਹੁੰਦਾ, ਇੱਕ ਕੋਈ ਮੇਰੇ ਵਰਗਾ ਬੱਠ 'ਤੇ ਬੈਠਾ ਘਾਹ ਖੁਰਚੇ 'ਤੇ, ਹੈ ਨਾ। ਇਸ ਤਰ੍ਹਾਂ ਹੀ ਗੀਤਾਂ ਦਾ ਗੀਤ ਕਈ ਜਿਹੜੇ ਸਾਡੇ ਬਹੁਤ ਨਜ਼ਦੀਕ ਹੁੰਦੇ ਆ, ਉਹ ਕਈ ਦਫ਼ਾ ਕਿਸੇ ਕਾਰਨ ਕਰਕੇ ਨਹੀਂ ਚੱਲਦੇ, ਨਹੀਂ ਚੱਲ ਸਕਦੇ, ਜਾਂ ਉਹਨਾਂ ਨਾਲ ਇਨਸਾਫ਼ ਨਹੀਂ ਹੋਇਆ, ਹੁੰਦਾ ਮਿਊਜ਼ਿਕ ਵਧੀਆ ਨਹੀਂ ਹੁੰਦਾ, ਜਾਂ ਕਿਤੇ ਗਲੇ ਤੁਹਾਡੇ ਗੀਤ ਤਾਂ ਬਹੁਤ ਸਾਰੇ ਸਿੰਗਰਸ ਨੇ ਗਾਏ ਤੇ ਬਿੱਟੀ ਜੀ ਨੇ ਗਾਏ। ਹਾਂ ਪੁੱਤ ਜੀ, ਮੈਨੂੰ ਸਤਵਿੰਦਰ ਬਿੱਟੀ ਤੋਂ ਮੇਰੀ ਸਟਾਰਟਿੰਗ ਹੋਈ ਹੈ, ਹਾਂਜੀ, ਤੇ ਉਸ ਤੋਂ ਬਾਅਦ ਤਕਰੀਬਨ ਪੰਜਾਬ ਦੀਆਂ ਨਾਮਵਰ ਗਾਇਕਾਵਾਂ ਜਿਵੇਂ ਸੁਦੇਸ਼ ਕੁਮਾਰੀ ਜੀ ਹੈ, ਪੂਜਾ ਜੀ ਅਤੇ ਜਸਪਿੰਦਰ ਨਰੂਲਾ, ਇਹ ਮਤਲਬ ਤਕਰੀਬਨ ਭੁਪਿੰਦਰ ਕੌਰ ਮੋਹਾਲੀ, ਹੈ ਨਾ, ਇਹ ਸਾਰੇ ਮੈਨੂੰ ਦੀਪ ਢਿੱਲੋਂ ਤਾਂ ਮੇਰਾ ਬੜਾ ਮਕਬੂਲ ਗੀਤ ਹੋਇਆ ਸੀ, ਵਿਛੋੜਾ ਬੁਰਾ ਸੱਜਣਾ ਤੋਂ ਭੁੱਲ ਕੇ ਪ੍ਰੀਤਾਂ ਸੀ ਲਾਈਆਂ, ਹੈ ਨਾ। ਤੇ ਹੁਣ ਆਪਾਂ ਗਲੀਆਂ ਦੀ ਸੈਰ ਤਾਂ ਕਰ ਲਈ ਤੇ ਗੱਲਾਂ ਬਾਤਾਂ ਵੀ ਕਰ ਲਈਆਂ ਫਿਰ ਛੋਕੜ ਦੀਆਂ, ਤੇ ਹੁਣ ਅਸੀਂ ਤੁਹਾਡੇ ਸਕੂਲ ਚਲੀਏ। ਹਾਂ ਪੁੱਤ ਜੀ, ਸਦਕੇ ਮੈਂ ਤੁਹਾਨੂੰ ਆਪਣਾ ਸਕੂਲ ਦਿਖਾਉਣਾ, ਸਕੂਲ ਵਿੱਚ ਜਾ ਕੇ ਫਿਰ ਗੱਲਾਂ ਬਾਤਾਂ ਕਰਾਂਗੇ। ਪਹਿਲੀ ਵਾਰ ਮੈਨੂੰ ਦਾਖਲ ਕਰਾਇਆ ਸੀ ਸਕੂਲ ਦੇ ਵਿੱਚ, ਚਲੋ ਫਿਰ ਚੱਲਦੇ ਹਾਂ, ਫੁੱਟੀ ਬਸਤਾ ਲੈ ਕੇ ਜਾਂਦਾ ਸੀ ਚੈਂ ਚੈਂ, ਹੈ ਨਾ, ਤੇ ਉਹ ਸਕੂਲ ਦੇ ਵਿੱਚ ਤੁਹਾਨੂੰ ਸਕੂਲ ਵਿੱਚ ਅਸੀਂ ਲੈ ਚੱਲਦੇ ਹਾਂ। ਚਲੋ ਜੀ ਚਲੋ, ਸੋਹਣਾ ਜਿਹਾ ਸਕੂਲ ਵਿਖਾਈ ਆਪਾਂ ਪਿੰਡ ਦਾ, ਚਲੋ ਜੀ। ਅੱਛਾ ਜੀ, ਆਹ ਸਕੂਲ ਹੈ? ਹਾਂਜੀ ਪੁੱਤ ਜੀ, ਇਹ ਮੇਰਾ ਸਕੂਲ ਹੈ ਜਿੱਥੇ ਪ੍ਰਾਇਮਰੀ ਸਕੂਲ ਦੇ ਪਹਿਲੀ ਦੇ ਵਿੱਚ ਮੈਨੂੰ ਦਾਖਲਾ ਦਵਾਇਆ ਸੀ, ਇਹ ਸਰਕਾਰੀ ਐਲੀਮੈਂਟਰੀ ਸਕੂਲ ਸਵਾੜਾ। ਕੀ ਬਾਤ ਹੈ ਜੀ, ਤੇ ਇਹ ਸਕੂਲ ਦਾ ਵੀ ਨਕਸ਼ਾ ਬਦਲ ਗਿਆ ਜੀ ਪੁੱਤ ਜੀ? ਅੱਗੇ ਨਾਲ ਤੇ ਬਹੁਤ ਬਦਲ ਗਿਆ, ਇਹ ਉਦੋਂ ਇੱਥੇ ਕੱਚੇ ਮਕਾਨ ਮਤਲਬ ਕਮਰੇ ਹੁੰਦੇ ਸੀ, ਹੈ ਨਾ, ਮਤਲਬ ਦੋ ਵੱਡਾ ਕਮਰਾ ਤਾਂ ਉਹੀ ਹੈ ਉਸ ਤਰ੍ਹਾਂ ਦੇ, ਇਹ ਦੋਨੋਂ ਕਮਰੇ ਮਤਲਬ ਬਾਅਦ ਦੇ ਵਿੱਚ ਬਣੇ। ਮੇਰੇ ਪਿੰਡ ਦਾ ਵੈਸੇ ਮਿਡਲ ਸਕੂਲ ਹੈ ਜਿਹੜਾ ਪਿੰਡ ਤੋਂ ਬਾਹਰ ਬਣਿਆ ਹੋਇਆ ਉੱਦਾਂ। ਅੱਛਾ ਅੱਛਾ, ਹਾਂਜੀ ਹਾਂਜੀ, ਓਕੇ। ਇੱਥੇ ਅਸੀਂ ਤੁਸੀਂ ਪੜ੍ਹੇ ਹੋ? ਇੱਥੇ ਪੜ੍ਹੇ ਹਾਂ, ਇੱਥੋਂ ਪੱਟੀਆਂ ਲਿਖੀਆਂ, ਹੈ ਨਾ, ਇਸ ਜਿਵੇਂ ਇਹ ਬੱਚੇ ਖੇਡਦੇ ਕੁੱਦਦੇ ਫਿਰਦੇ ਆ, ਇਸ ਤਰ੍ਹਾਂ ਹੀ ਅਸੀਂ ਵੀ ਕਿਸੇ ਟਾਈਮ ਦੇ ਵਿੱਚ। ਜਦੋਂ ਮੈਂ ਇਸ ਪਿੱਪਲ ਨੂੰ ਵੇਖਦਾ ਮੇਰੇ ਨਾ ਕੁਛ ਗੱਲਾਂ ਯਾਦ ਆ ਜਾਂਦੀਆਂ। ਕੀ ਯਾਦ ਆ ਰਿਹਾ ਤੁਹਾਨੂੰ? ਕਿਉਂਕਿ ਇਹ ਰੁੱਖ ਹੁਣ ਅਲੋਪ ਹੁੰਦੇ ਜਾਂਦੇ। ਬਿਲਕੁਲ, ਮੈਂ ਇੱਕ ਗਾਣਾ ਲਿਖਿਆ ਸੀ, ਪਿੱਪਲ ਬਰੋਟੇ ਛੱਡੇ ਨਾ ਖੰਭ ਝੜ ਗਏ ਅਕਲਾਂ ਦੇ, ਨਿੰਮ ਜਮੋਏ ਜੰਡ ਦਿਸਣਗੇ ਵਿੱਚੋਂ ਸ਼ਕਲਾਂ ਦੇ, ਨਾ ਤਾਸ ਦੇ ਪੰਜੇ ਫਸਣੇ ਨੇ ਨਾ ਦਿਸਣੇ ਲੋਕ ਉਹ ਦਾਨੇ, ਖੂਹ ਰੌਣਕਾਂ ਵਾਲੇ ਵੀ ਬਣ ਕੇ ਰਹਿ ਗਏ ਕਬੂਤਰ ਖਾਨੇ। ਬਿਲਕੁਲ, ਮੈਂ ਦੇਖਿਆ ਨੀ ਤੁਹਾਨੂੰ, ਤੁਸੀਂ ਆ ਖੂਹ ਪੁੱਤ ਕਿਵੇਂ ਵੀ ਰੌਣਕੇ ਜੇ ਹੋ ਗਏ, ਕਿੱਥੇ ਸਾਰਾ ਦਿਨ ਡੋਲ। ਅਸੀਂ ਇਸ ਸਕੂਲ ਦੇ ਨਜ਼ਦੀਕ ਖੂਹ ਹੋਣ ਕਰਕੇ ਉਦੋਂ ਪਾਣੀ ਬਜ਼ੁਰਗ ਭਰਦੇ ਕਰਦੇ ਸੀ ਚ ਬੱਚਿਆਂ ਦੇ ਵਿੱਚ, ਅਸੀਂ ਆਪਣੀਆਂ ਫੱਟੀਆਂ ਲੈ ਕੇ ਜਾਣੀਆਂ, ਗਾਚੀ ਗਾਚਣੀ ਉੱਥੇ ਧੋਣੀਆਂ, ਗਾਜਣੀ ਮਲਣੀ, ਹੈ ਨਾ, ਗਾਚੀ, ਅਤੇ ਫਿਰ ਉਹ ਸਾਫੀ ਦੇਣੀ, ਸਾਫੀ ਦੇ ਕੇ ਉੱਥੇ ਆਉਂਦੇ ਸੂਰਜ ਫੁੱਟੀ ਸੁਕਾ ਨਹੀਂ ਸੁਕਾਉਣੀ ਘਰ ਨੂੰ, ਹੈ ਨਾ, ਉਹ ਕਿਉਂਕਿ ਮਤਲਬ ਪਤਾ ਨਹੀਂ ਹੁੰਦਾ ਬਚਪਨਾ ਇਸ ਤਰ੍ਹਾਂ ਦਾ ਹੁੰਦਾ ਵੀ ਹਵਾ ਦੇ ਨਾਲ ਜਦੋਂ ਅਸੀਂ ਇਸ ਤਰ੍ਹਾਂ ਝੱਲਦੇ ਹਾਂ ਅਤੇ ਵੀ ਸੁੱਕ ਜਾਣੀ ਫੱਟੀ, ਹੈ ਨਾ, ਸਾਨੂੰ ਹੁੰਦਾ ਸੀ ਵੀ ਸੂਰਜ ਦੇਵਤਾ ਫੱਟੀ ਸਾਡੀ ਸੁਕਾ ਗਿਆ। ਖੂਬਸੂਰਤ ਤਾਂ ਖੂਬਸੂਰਤੀ ਤਾਂ ਜ਼ਿਆਦਾ ਹੋ ਗਈ, ਪਰ ਪਿਆਰ ਘੱਟ ਗਿਆ। ਪਿਆਰ ਨੂੰ ਤਾਂ ਮਤਲਬ ਜਿਉਂ ਜਿਉਂ ਇਸ ਲੋਕ ਨੂੰ ਤਰੱਕੀਆਂ ਕਰਨ ਲੱਗ ਪਏ ਤਾਂ ਪਿਆਰ ਨਹੀਂ, ਬਜ਼ੁਰਗਾਂ ਦੀ ਤਾਂ ਬਿਲਕੁਲ ਇੰਨੇ ਸਤਿਕਾਰ ਆ, ਪਿਆਰ ਆ, ਕਿਸੇ ਵੀ ਤੁਸੀਂ ਇੱਥੇ ਦੇਖ ਲਓ ਭਾਵੇਂ ਕਿਤੇ ਦਾ ਵੀ ਦੇਖ ਲਓ, ਪਰਿਵਾਰਾਂ 'ਚ ਵੀ ਪਿਆਰ ਖਤਮ ਹੋ ਗਿਆ, ਪਰਿਵਾਰਾਂ ਦੇ ਵਿੱਚ ਹੋ ਗਿਆ, ਪਰਿਵਾਰਾਂ ਦੇ ਵਿੱਚ ਪਿਆਰ ਖਤਮ ਕਰਨ ਵਾਲੇ ਅਸੀਂ ਕਿਉਂਕਿ ਦੋਸ਼ੀ ਮਾਂ ਬਾਪ ਹੈ। ਜਦੋਂ ਤੁਸੀਂ ਮਕਾਨ ਬਣਾਉਣਾ ਸ਼ੁਰੂ ਕਰਦੇ ਹਾਂ ਉਦੋਂ ਹੀ ਤੁਸੀਂ ਆਪੇ ਨੀਹਾਂ ਰੱਖ ਦਿੰਦੇ, ਇਹ ਮੇਰੀ ਧੀ ਰਾਣੀ ਦਾ ਕਮਰਾ, ਇਹ ਮੇਰੇ ਬੇਟੇ ਦਾ ਕਮਰਾ। ਜਦੋਂ ਉਹਨਾਂ ਦਾ ਕਮਰਾ ਬਣ ਗਿਆ, ਧੀ ਨੂੰ ਪਤਾ ਵੀ ਇਹ ਮੇਰਾ ਕਮਰਾ, ਇਹ ਬਣ ਗਿਆ, ਪੁੱਤ ਜੀ ਨੂੰ ਪਤਾ ਮੇਰਾ ਇਹ ਕਮਰਾ ਬਣ ਗਿਆ,
ਤਾਂ ਪੁੱਤੋ ਇੱਕ ਆਪਸ ਵਿੱਚ ਨਹੀਂ ਇੱਕ ਦੂਜੇ ਨੂੰ ਵੜਨ ਨਹੀਂ ਦਿੰਦੇ ਭੈਣ ਭਰਾ ਨੂੰ ਕਹਿੰਦੇ ਮੇਰੇ ਕਮਰੇ ਤੋਂ ਬਾਹਰ ਹੋ ਜਾ ਉਹ ਦੁਬਾਰਾ ਤਾਂ ਤੁਸੀਂ ਖੜੀਆਂ ਕਰ ਦਿੱਤੀ ਬਿਲਕੁਲ ਜੀ ਬਿਲਕੁਲ ਹਾਂਜੀ ਬਸ ਇਸ ਤਰ੍ਹਾਂ ਪਿਆਰਾਂ ਦੀ ਜ਼ਿੰਮੇਵਾਰੀ ਖੁਦ ਮਾਪੇ ਨੇ ਜ਼ਿਆਦਾ ਮੈਂ ਤਾਂ ਇਸ ਤਰ੍ਹਾਂ ਕਹੂੰਗਾ ਉਦੋਂ ਸੰਯੁਕਤ ਪਰਿਵਾਰ ਹੁੰਦੇ ਸੀ ਇੱਕ ਜੁਆਇੰਟ ਫੈਮਿਲੀ ਹੁੰਦੀ ਸੀ ਸਾਡੇ ਪਰਿਵਾਰ ਦੇ ਵਿੱਚ ਮੇਰੇ ਫਾਦਰ ਨੂੰ ਨਹੀਂ 6 ਬ੍ਰਦਰ ਸੀ ਹੈ ਨਾ 6 ਭਰਾ ਸੀ ਹੈ ਨਾ ਅਤੇ 6ਾਂ ਦੇ ਅਸੀਂ ਮਤਲਬ ਕਿੱਡਾ ਸੰਯੁਕਤ ਪਰਿਵਾਰ ਸੀ ਹੈ ਨਾ ਸਾਰੇ ਹੱਸਦੇ ਤੁਸਦੇ ਸੀ ਕਦੇ ਵੀ ਕਿਸੇ ਨੇ ਯਾਦ ਕਰਿਆ ਵੀ ਨਹੀਂ ਕੋਈ ਗਿਲਾ ਸ਼ਿਕਵਾਉਂਦਾ ਵੀ ਕਦੇ ਕਿਤੇ ਕਿਸੇ ਨੇ ਕੀਤਾ ਹੋਵੇ ਚਲੋ ਤੇ ਜਿੰਦ ਜੀ ਹੋਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਲੇਕਿਨ ਹੁਣ ਛੋਟਾ ਜਿਹਾ ਬ੍ਰੇਕ ਲੈ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਅਸੀਂ ਜਿੰਦ ਸਵਾੜਾ ਜੀ ਦੇ ਪਿੰਡ ਦੀ ਹੋਰ ਸੈਰ ਕਰਾਂਗੇ ਤੁਸੀਂ ਜੁੜੇ ਰਹੋ ਅਤੇ ਵੇਖਦੇ ਰਹੋ ਪਿੰਡਾਂ ਵਿੱਚੋਂ ਪਿੰਡ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਵਿੱਚ ਅਤੇ ਅੱਜ ਮੈਨੂੰ ਆਪਣੇ ਪਿੰਡ ਦੀ ਸੈਰ ਕਰਾ ਰਹੇ ਨੇ ਅਤੇ ਹੁਣ ਮੈਨੂੰ ਆਪਣੇ ਖੇਤਾਂ 'ਚ ਲੈ ਕੇ ਆਏ ਨੇ ਜਿੰਦ ਸਵਾੜਾ ਜੀ ਅਤੇ ਇਹ ਖੇਤ ਨੇ ਇੱਥੇ ਤੁਹਾਡਾ ਕਾਫੀ ਟਾਈਮ ਸਪੈਂਡ ਹੁੰਦਾ ਹੋਏਗਾ ਜਦੋਂ ਤੁਸੀਂ ਲਿਖਦੇ ਹੋ ਜਦੋਂ ਸੋਚਦੇ ਹੋ ਕੁਛ ਮੈਨੂੰ ਲੱਗਦਾ ਕਿਤੇ ਨਾ ਕਿਤੇ ਸੋਚ ਤੁਹਾਡੀ ਜਦੋਂ ਫੁਰਸਤ ਦੇ ਪੁੱਲ ਮਿਲਦੇ ਆ ਜੋ ਦਿਲ ਕਰੇ ਵੀ ਬਾਹਰ ਘੁੰਮ ਕੇ ਆਈਏ ਤੇ ਕਾਪੀ ਪੈਨਸਲ ਲੈ ਕੇ ਇੱਥੇ ਆ ਜਾਈਦਾ ਤੇ ਇੱਥੇ ਹੋਰ ਕੋਈ ਰਚਨਾ ਨੂੰ ਜਨਮ ਦੇ ਦਿੰਦੇ ਅੱਛਾ ਕੋਈ ਇੱਦਾਂ ਦਾ ਵਕਤ ਵੀ ਹੁੰਦਾ ਜਦੋਂ ਲਿਖਣਾ ਤੁਹਾਨੂੰ ਚੰਗਾ ਲੱਗਦਾ ਕਿ ਕਦੀ ਵੀ ਕੋਈ ਵੀ ਖਿਆਲ ਕਦੀ ਵੀ ਆ ਜਾਂਦਾ ਤੁਸੀਂ ਇਹ ਤਾਂ ਜਦੋਂ ਖਿਆਲ ਆਇਆ ਤਾਂ ਮਤਲਬ ਪਤਾ ਨਹੀਂ ਕਿਸ ਟਾਈਮ ਕੋਈ ਖਿਆਲ ਆ ਜਾਣਾ ਜਦੋਂ ਖਿਆਲ ਆਉਂਦਾ ਤਾਂ ਉਹ ਭਾਰੂ ਹੋ ਜਾਂਦਾ ਤੇ ਜਿੰਨੀ ਦੇਰ ਫਿਰ ਉਹ ਕਲਮ ਨਹੀਂ ਚੱਲਦੀ ਕਾਗਜ਼ 'ਤੇ ਉਨੀ ਦੇਰ ਉਹ ਸਬਰ ਜਾਂ ਨਹੀਂ ਤੁਹਾਨੂੰ ਆਉਂਦਾ ਅਤੇ ਫਿਰ ਘਰ ਵਾਲਿਆਂ ਨੂੰ ਵੀ ਸੁਣਾਉਂਦੇ ਹੋ ਜੋ ਲਿਖਦੇ ਹੋ ਜੀ ਮੈਂ ਸੋਚਦਾ ਵੀ ਘਰ ਵਾਲਿਆਂ ਨੂੰ ਸੁਣਾਉਣਾ ਇੱਕ ਬਹੁਤ ਹੀ ਜ਼ਰੂਰੀ ਹੈ ਇੱਕ ਰਾਈਟਰ ਦੇ ਲਈ ਜਦੋਂ ਤੁਸੀਂ ਆਪਣੀ ਮੰਮੀ ਨੂੰ ਆਪਣੇ ਜਿਹੜਾ ਵਧੀਆ ਥੋੜ੍ਹਾ ਦੋਸਤ ਵੀ ਹੈ ਅਤੇ ਵਧੀਆ ਸਰੋਤਾ ਵੀ ਹੈ ਤੁਹਾਡੇ ਫਰਜ਼ ਕਰੋ ਮੇਰੇ ਮਿਸਿਜ਼ ਹੈ ਅਤੇ ਤੁਹਾਡੇ ਮੰਮੀ ਡੈਡੀ ਹੈ ਅਤੇ ਉਹਨਾਂ ਨੂੰ ਜਦੋਂ ਤੁਸੀਂ ਗੀਤ ਸੁਣਾਉਂਦੇ ਹੋ ਆਪਣੀ ਭੈਣ ਨੂੰ ਗੀਤ ਸੁਣਾਉਂਦੇ ਹੋ ਤਾਂ ਉਹ ਇੱਕ ਗੀਤ ਤੁਹਾਡਾ ਸੈਂਸਰ ਹੋ ਜਾਂਦਾ ਸੈਂਸਰ ਬੋਰਡ ਬਿਠਾਉਣ ਦੀ ਲੋੜ ਨਹੀਂ ਹੈ ਅਪਰੂਵ ਹੋ ਜਾਂਦਾ ਅਪਰੂਵਡ ਹੋ ਜਾਂਦਾ ਅਤੇ ਇਹ ਜ਼ਰੂਰੀ ਹੈ ਜਦੋਂ ਅਸੀਂ ਆਪਣੀ ਮੰਮੀ ਭੈਣ ਨੂੰ ਜਾਂ ਘਰ ਵਾਲੀ ਨੂੰ ਗੀਤ ਸੁਣਾ ਦਿੱਤਾ ਤਾਂ ਗੀਤ ਪਾਸ ਹੀ ਪਾਸ ਹੈ ਅੱਛਾ ਕਦੀ ਇੱਦਾਂ ਵੀ ਹੁੰਦਾ ਕਿ ਕੋਈ ਗੀਤ ਤੁਸੀਂ ਭੁੱਲ ਜਾਂਦੇ ਹੋ ਤੁਹਾਡੇ ਘਰ ਵਾਲੇ ਤੁਹਾਨੂੰ ਯਾਦ ਦਿਲਾਉਂਦੇ ਹਾਂ ਇਹ ਬਹੁਤ ਸਾਰੇ ਗੀਤ ਜਿਵੇਂ ਮੈਂ ਬਹੁਤ ਆਦਤ ਦੇ ਵਿੱਚ ਗੀਤ ਲਿਖ ਚੁੱਕਿਆ ਅਤੇ ਮੈਨੂੰ ਮੈਂ ਕਦੇ ਨਿੱਠ ਕੇ ਮਤਲਬ ਵੇਖਿਆ ਨਹੀਂ ਅਤੇ ਇਸ ਕਰਕੇ ਜਦੋਂ ਵੀ ਕੋਈ ਕੋਈ ਗੀ ਗਾਇਕ ਆਇਆ ਕੋਈ ਧੀ ਰਾਣੀ ਆਈ ਹੈ ਗਾਇਕਾ ਉਹਨਾਂ ਨੇ ਕੋਈ ਗਾਣਾ ਮੰਗਿਆ ਤਾਂ ਮੈਂ ਬੈਠੇ ਬੈਠੇ ਜ਼ਿਕਰ ਕਰ ਦਿੰਦਾ ਵੀ ਆਪਣੇ ਕੋਲ ਕੋਈ ਇਸ ਤਰ੍ਹਾਂ ਦਾ ਗੀਤ ਹੈ ਤਾਂ ਮੈਨੂੰ ਮੇਰੇ ਮਿਸਿਜ਼ ਜਾਂ ਮੇਰੇ ਮੰਮੀ ਜਾਂ ਮਤਲਬ ਮਦਰ ਮੇਰੇ ਉਹ ਫੱਟ ਦੱਸ ਦਿੰਦੇ ਆ ਵੀ ਉੱਥੇ ਤੁਹਾਡੇ ਕੋਲ ਇੱਕ ਗੀਤ ਇਸ ਤਰ੍ਹਾਂ ਦਾ ਹੈ ਜਦੋਂ ਗੀਤ ਯਾਦ ਆ ਜਾਂਦਾ ਤਾਂ ਕਾਪੀ ਦਾ ਵੀ ਪਤਾ ਲੱਗ ਜਾਂਦਾ ਵੀ ਹਾਂ ਇਸ ਤਰ੍ਹਾਂ ਦੀ ਕਾਪੀ ਦੇ ਵਿੱਚ ਗੀਤ ਅੱਛਾ ਅੱਜ ਕੱਲ੍ਹ ਕੀ ਕਰ ਰਹੇ ਹੋ ਪ੍ਰੈਜ਼ੈਂਟਲੀ ਕੀ ਰੂਟੀਨ ਚੱਲ ਰਿਹਾ ਤੁਹਾਡਾ ਮੇਰਾ ਇੱਕ ਧਾਰਮਿਕ ਢਾਡੀ ਹੈ ਜੀ ਗੁਰਪ੍ਰੀਤ ਸਿੰਘ ਲਾਂਡਰਾਂ ਤੋਂ ਢਾਡੀ ਜਥਾ ਉਹਨਾਂ ਦੀਆਂ ਸਾਰੀਆਂ ਰਚਨਾਵਾਂ ਮੇਰੀਆਂ ਅੱਛਾ ਜਿੰਦ ਜੀ ਇਹ ਦੱਸੋ ਕਿ ਗੀਤਕਾਰ ਸਿਰਫ ਲਿਖ ਕੇ ਆਪਣੀ ਜ਼ਿੰਦਗੀ ਸਰਵਾਈਵ ਨਹੀਂ ਕਰ ਸਕਦਾ ਉਹਦੀ ਜਿਹੜੀ ਰੋਜ਼ੀ ਰੋਟੀ ਹੈ ਸਿਰਫ ਇਹਦੇ ਨਾਲ ਸੰਤੁਸ਼ਟੀ ਨਹੀਂ ਮਿਲਦੀ ਕੁਛ ਨਾ ਕੁਛ ਕੰਮ ਉਹਨੂੰ ਕਰਨਾ ਪੈਂਦਾ ਅਤੇ ਤੁਸੀਂ ਵੀ ਪੜ੍ਹਾਉਂਦੇ ਰਹੇ ਹੋ ਜੀ ਤੁਸੀਂ ਟੀਚਰ ਰਹੇ ਹੋ ਕਿੱਥੇ ਰਹੇ ਹੋ ਕਿੱਥੇ ਪੜ੍ਹਾ ਰਹੇ ਸੀ ਮੈਂ ਪਹਿਲੀ ਮੇਰੀ 15-12 ਸਾਲ ਮੈਂ ਫਤਿਹਗੜ੍ਹ ਦੇ ਵਿੱਚ ਪੱਤੋਂ ਪਵਾਲਾ ਵੱਜਦਾ ਪਿੰਡ ਉੱਥੇ ਮੈਂ ਜੋ 15-12 ਸਾਲ ਕੀਤੀ ਹੈ ਫਿਰ ਸਿੰਨੀ ਸੈਕੰਡਰੀ ਸਕੂਲ ਹੈ ਮਜਾਤੜੀ ਮੋਹਾਲੀ ਦਾ ਬਹੁਤ ਹੀ ਵਧੀਆ ਸਕੂਲ ਹੈ A1 ਸਕੂਲ ਹੈ ਇਹ 1.25 ਕਰੋੜ ਜਾਂ 1.5 ਕਰੋੜ ਦੀ ਲਾਗਤ ਦੇ ਨਾਲ ਸਕੂਲ ਬਣਿਆ ਹੋਇਆ ਅੱਜ ਤੋਂ ਕੋਈ 10-15 ਸਾਲ ਪਹਿਲਾਂ ਦਾ ਮੈਂ ਉੱਥੇ 15 ਸਾਲ ਉੱਥੇ ਜੋਬ ਕੀਤੀ ਉੱਥੋਂ ਮੈਂ ਰਿਟਾਇਰ ਹੋਇਆ ਅੱਛਾ ਜਿੰਦ ਜੀ ਤੁਸੀਂ ਹਰ ਤਰ੍ਹਾਂ ਦੇ ਗੀਤ ਲਿਖੇ ਸੈਡ ਰੋਮਾਂਟਿਕ ਬੀਟ ਡਿਸਕੋ ਸਭ ਤੋਂ ਜ਼ਿਆਦਾ ਸੰਤੁਸ਼ਟੀ ਕਿੱਦਾਂ ਦੇ ਗੀਤ ਮੈਨੂੰ ਜ਼ਿਆਦਾਤਰ ਸੰਤੁਸ਼ਟੀ ਆਉਂਦੀ ਹੈ ਸੱਭਿਆਚਾਰਕ ਗੀਤ ਲਿਖ ਕੇ ਜਿਵੇਂ ਮਾਂ ਪਿਓ ਦਾ ਦੁਖਾਂਤ ਅੱਜ ਕੱਲ੍ਹ ਹੈ ਸਭ ਤੋਂ ਵੱਡਾ ਦੁਖਾਂਤ ਇਹ ਹੈ ਵੀ ਸਾਨੂੰ ਸਾਡੇ ਅਸੀਂ ਆਪਣੇ ਸਭ ਤੋਂ ਪਹਿਲਾਂ ਜਨਮਦਾਤਿਆਂ ਨੂੰ ਹੀ ਭੁੱਲਦੇ ਹਾਂ ਜਿਹਨਾਂ ਨੇ ਸਾਨੂੰ ਕੁਰਸੀਆਂ 'ਤੇ ਬਿਠਾਇਆ ਜਿਨ੍ਹਾਂ ਨੇ ਸਾਨੂੰ ਜਹਾਜ਼ਾਂ ਦੇ ਵਿੱਚ ਬੂਟੇ ਦਵਾ ਦਿੱਤੇ ਬਿਲਕੁਲ ਅਸੀਂ ਉਹਨਾਂ ਨੂੰ ਮਤਲਬ ਉਹ ਜਿਹੜਾ ਇਹ ਵਰਤਾਰਾ ਮੈਨੂੰ ਸਭ ਤੋਂ ਜ਼ਿਆਦਾ ਦੁਖੀ ਕਰਦਾ ਅਤੇ ਮੈਂ ਮਤਲਬ ਮੇਰੇ ਬਹੁਤ ਮੋਸਟਲੀ ਜ਼ਿਆਦਾ ਗੀਤ ਹੈ ਇਹ ਧੀਆਂ ਨੂੰ ਮਤਲਬ ਇੱਕ ਉਹਨੂੰ ਇੱਕ ਆਈਟਮ ਦੇ ਤੌਰ 'ਤੇ ਮਤਲਬ ਲਿਆ ਜਾਂਦਾ ਕੁੜੀ ਨੂੰ ਹੈ ਨਾ ਅਤੇ ਉਦੋਂ ਜਿਹੜੀ ਰੂਹ ਹੈ ਉਹ ਲੀਰੋ ਲੀਰ ਹੋ ਜਾਂਦੀ ਕਿਉਂ ਨਹੀਂ ਮਤਲਬ ਆਪਾਂ ਇਹ ਸਿਰਫ ਇਸ ਉਹਦੇ ਖਤਰੀ ਹੈ ਮਤਲਬ ਇਸ ਤਰ੍ਹਾਂ ਦਾ ਹੈ ਨਾ ਅਤੇ ਉਹ ਵਰਤਾਰਾ ਫਿਰ ਮਨ ਨੂੰ ਬੜਾ ਪੀੜਤ ਕਰਦਾ ਹੈ ਅੱਛਾ ਤੁਹਾਡੀ ਫੈਮਿਲੀ 'ਚ ਕੋਈ ਗਾਉਂਦਾ ਗਾਉਣ ਦਾ ਸ਼ੌਂਕ ਕਿਸੇ ਮੈਨੂੰ ਹੁਣ ਮਤਲਬ ਇੱਕ ਸ਼ੁਭ ਸ਼ਗਨ ਹੈ ਵੀ ਮੇਰਾ ਬੇਟਾ ਛੋਟਾ ਆਕਾਸ਼ਦੀਪ ਲੱਕੀ ਸਵਾੜਾ ਦੇ ਨਾਂ ਨਾਲ ਪਿੱਛੇ ਉਹਦੀ ਮੌਜਾਂ ਟੇਪ ਵੀ ਆਈ ਸੀ ਅਤੇ ਹੁਣ ਉਹ ਨਰੋਲ ਮੇਰੇ ਗਾਣਿਆਂ ਦੀ 8 ਦੇ 8 ਗੀਤ ਰਿਕਾਰਡ ਕਰਤੀ ਹੈ ਜਿਹਨਾਂ ਨੂੰ ਸੁਣਦਾ ਵੀ ਜਿਵੇਂ ਰੋਮਾਂਟਿਕ ਵੀ ਆ ਉਹਦੇ 'ਚ
ते सभ्याचारक गीत है ज्यादा जो जो मैं लिखता सारे नु पता ही है। हां जी कोई दो लाइना याद है? हां जी जिमे रोमांटिक एक गीत है थनु बोल के सुनावा के गुनगुना के सुनावा तुसी जिमे कहो अगर गुनगुना के सुना दो तो ज्यादा चंगा है। हां जी एक बार अख दा इशारा कर दी तेरे नाल गेड़ा नहीं जरूर लावांगे होर दी वारी दा मैं के होर दी वारी दा असी ठेका नहीं लिया तू नची बोलियां जरूर पावांगे तू नची बोलियां जरूर पावांगे। क्या बात है जी बहुत सोहना गीत सी ते जिन जी तुसी गाना गा के लिखदे हो के लिखदे कौन हो जी? तां जदों राइटर है कोई भी राइटर है ਉਹ ਗੁਣਗੁਣਾਉਂਦਾ ਵੀ ਹੈ ਲਿਖਦਾ ਵੀ ਹੈ ਵਾਹ ਵਾਹ ਤੇ ਉਸ ਦੇ ਨਾਲ ਥੋੜੀ ਬਹੁਤੀ ਤਰਜ ਵੀ ਬਣ ਜਾਂਦੀ ਹੈ ਕੰਪੋਜੀਸ਼ਨ ਆਪਣੇ ਆਪ ਦਿਮਾਗ ਚ ਹੁੰਦੀ ਹੈ ਨਾ ਕਿਉਂਕਿ ਫਿਰ ਮੀਟਰ ਦੇ ਵਿੱਚ ਤਦੇ ਆਉਣੇ ਨਾ ਗਾਣੇ ਬਿਲਕੁਲ ਤਾਂ ਚੰਗਾ ਲੱਗਿਆ ਬਹੁਤ ਵਧੀਆ ਚਲੋ ਬਹੁਤ ਬਹੁਤ ਧੰਨਵਾਦ ਧੀਰਾਨੀ ਹਾਂਜੀ ਮੇਰੇ ਆ ਦੋ ਬੇਟੇ ਆ ਜੀ ਸੰਤੋਸ਼ ਤੇ ਸਹਿਬ ਇਹ ਤੁਹਾਨੂੰ ਲਿਆਓ ਪੁੱਤ ਕਿੱਥੇ ਆ ਤੁਸੀਂ ਹਾਂ ਇਹ ਤੁਹਾਡੇ ਲਈ ਇੱਕ ਗਿਫਟ ਲੈ ਕੇ ਆਏ ਹਾਂ ਖੇਤ ਦੇ ਆਪਣੇ ਤੇ ਇਹ ਇਹਨਾਂ ਦੀ ਚਟਨੀ ਤੁਸੀਂ ਬਣਾਇਓ ਬਹੁਤ ਵਧੀਆ ਬਣਦੀ ਹੈ ਚਿੱਬੜ ਹੈ ਚਿੱਬੜ ਹਾਂਜੀ ਹਾਂਜੀ ਖਰਬੂਜੇ ਤੋਂ ਵਿਗੜਿਆ ਹੋਇਆ ਕਹਿ ਲਓ ਖਰਬੂਜਾ ਹਾਈਬ੍ਰਿਡ ਹੋ ਗਿਆ ਤੇ ਇਹ ਵਿਚਾਰਾ ਉੱਥੇ ਦੇ ਉੱਥੇ ਰਹਿ ਗਿਆ ਕਿਆ ਬਾਤ ਹੈ ਕਿਆ ਬਾਤ ਹੈ ਤੇ ਫਿਰ ਹੁਣ ਬਹੁਤ ਬਹੁਤ ਧੰਨਵਾਦ ਸਾਹਿਬ ਜਿਉਂਦੇ ਰਹੋ ਚੜ੍ਹਦੀ ਕਲਾ ਥੈਂਕ ਯੂ ਜੀ ਥੈਂਕ ਯੂ ਜਿਉਂਦੇ ਰਹੋ ਚਲੋ ਆਪਣਾ ਕੰਮ ਕਰੋ ਤੇ ਫਿਰ ਹੁਣ ਮੈਂ ਸੁਣਿਆ ਤੁਸੀਂ ਧਾਰਮਿਕ ਐਲਬਮ ਦਿੱਤੀ ਹਾਂਜੀ ਪੁੱਤ ਜੀ ਮੇਰੀ ਧਾਰਮਿਕ ਐਲਬਮ ਕੁਝ ਦੇਰ ਵਿੱਚ ਬਸ ਸੰਗਤ ਦੇ ਵਿੱਚ ਆ ਜਾਣੀ ਹੈ ਤੇ ਗੁਰਪ੍ਰੀਤ ਸਿੰਘ ਲਾਂਡਰਾਂ ਵਾਲੇ ਦੇ ਜਥੇ ਦੇ ਢਾਡੀ ਜਥਾ ਹੈ ਬਹੁਤ ਹੀ ਸੁਰੀਲੇ ਬੱਚੇ ਹੈ ਬਹੁਤ ਹੀ ਵਧੀਆ ਗਾਇਆ ਸਾਰਾ ਮੈਟਰ ਮੇਰਾ ਲਿਖਿਆ ਹੋਇਆ ਅਤੇ ਹੁਣ ਦੇਖਦੇ ਹਾਂ ਸਾਹਿਬਜ਼ਾਦਿਆਂ ਦੇ ਬਾਰੇ 'ਚ ਮਤਲਬ ਉਹਦੇ 'ਚ ਗਾਉਣਾ ਦੇ ਤਾਂ ਹੁਕਮ ਵਜੀਦੇ ਨੇ ਫੜ ਕੇ ਨੀਹਾਂ ਵਿੱਚ ਚਾ ਦਿਉ ਇਹਨਾਂ ਈਨ ਨਾ ਮੰਨਣੀ ਹੋਏ ਇਹਨਾਂ ਦੀ ਪਲ ਵਿੱਚ ਅਲਖ ਮੁਕਾ ਦਿਉ ਲਾਏ ਮੂਹਰੇ ਸਿਪਾਹੀਆਂ ਨੇ ਤੁਰਦੇ ਜਾਂਦੇ ਤੋਰ ਮਸਤਾਨੀ ਕਿਵੇਂ ਧਰਮ ਨਿਭਾਈ ਦਾ ਦਸਗੀ ਲਾਲਾਂ ਦੀ ਕੁਰਬਾਨੀ ਕਿਵੇਂ ਸਿਦਕ ਬੁਗਾਈ ਦਾ ਦਸਦੀ ਲਾਲਾਂ ਦੀ ਕੁਰਬਾਨੀ ਬਹੁਤ ਇਹ ਮੇਰਾ ਗੀਤ ਹੈ ਜੀ ਇਸ ਦੇ ਵਿੱਚ ਬਹੁਤ ਸਾਰੀ ਮਤਲਬ ਇਹ ਸਾਰੀ ਧਾਰਮਿਕ ਪ੍ਰੋਜੈਕਟ ਹੀ ਮੇਰਾ ਲਿਖਿਆ ਹੋਇਆ ਬਹੁਤ ਖੂਬ ਆਲ ਦਾ ਵੈਰੀ ਬੈਸਟ ਤੇ ਜਿੰਜੀ ਤੁਸੀਂ ਆਪਣੇ ਫੈਨਸ ਨੂੰ ਕੀ ਸੁਨੇਹਾ ਦਿਓਗੇ ਜਾਣ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਤਾਂ ਹੱਥ ਬੰਨ ਕੇ ਪਹਿਲਾਂ ਸਾਰੇ ਸਰੋਤੇ ਜਿਨ੍ਹਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਇੱਕ ਹੀ ਮੇਰਾ ਤਾਂ ਮੈਸੇਜ ਦੇਣ ਯੋਗ ਤਾਂ ਹੈ ਨਹੀਂ ਵੀ ਸਾਫ਼ ਸੁਥਰਾ ਸੁਣੋ ਸਾਫ਼ ਸੁਥਰਾ ਲਿਖੋ ਸਾਫ਼ ਸੁਥਰਾ ਗਾਓ ਇਹਦੇ 'ਚ ਅਸੀਂ ਦੋਸ਼ੀ ਸਾਰੇ ਹੀ ਹਾਂ ਸੁਣਨ ਵਾਲੇ ਵੀ ਹੈ ਲਿਖਣ ਵਾਲੇ ਵੀ ਹੈ ਅਤੇ ਗਾਉਣ ਵਾਲੇ ਵੀ ਬਹੁਤ ਇਹਨੂੰ ਪਿੰਡ ਸਾਡੀ ਮਾਂ ਬੋਲੀ ਅਜਿਹੀ ਨਹੀਂ ਹੈ ਵੀ ਜਿਹਨੂੰ ਅਸੀਂ ਲੀਰੋ ਲੀਰ ਕਰ ਦਿੱਤਾ ਇਹਨੂੰ ਵਸਤਰਹੀਨ ਨਾ ਬਣਾਓ ਇਹ ਤਾਂ ਬਹੁਤ ਹੀ ਭਾਗਾਂ ਵਾਲੀ ਹੈ ਭਾਗਾਂ ਵਾਲੀ ਤੁਸੀਂ ਬੇਭਾਗੀ ਨਾ ਬਣਾਓ ਇਸ ਨੂੰ ਇਸ ਤਰ੍ਹਾਂ ਦੇ ਦੋਸਤ ਸਾਡੇ ਸਿਰ ਆਉਣਾ ਕਿਵੇਂ ਅਸੀਂ ਬਰਦਾਸ਼ਤ ਕਰਦੇ ਹਾਂ ਵੀ ਜਦੋਂ ਸਾਡੀ ਮਾਂ ਬੋਲੀ ਦੀ ਇਹ ਹਾਲਤ ਹੋ ਗਈ ਹੈ ਬਿਲਕੁਲ ਜਿੰਨ ਜੀ ਬਹੁਤ ਚੰਗਾ ਲੱਗਿਆ ਤੁਸੀਂ ਟਾਈਮ ਕੱਢਿਆ ਬਹੁਤ ਬਹੁਤ ਤੁਹਾਡਾ ਪਿੰਡ ਦੀ ਤੁਸੀਂ ਸੈਰ ਕਰਾਈ ਅਸੀਂ ਰੱਬ ਪਰਮਾਤਮਾ ਕੋਲ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਹੋਰ ਚੰਗੀ ਸਿਹਤ ਬਖਸ਼ੇ ਤਾਂ ਕਿ ਤੁਸੀਂ ਇੱਦਾਂ ਹੀ ਸਾਡੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੇਵਾ ਕਰਦੇ ਰਹੋ ਥੈਂਕ ਯੂ ਸੋ ਮੱਚ ਤੇ ਆਲ ਦਾ ਵੈਰੀ ਬੈਸਟ ਤੁਹਾਡਾ ਬਹੁਤ ਬਹੁਤ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਲੰਮੀਆਂ ਲੰਮੀਆਂ ਪਲੰਘਾਂ ਪਟਾਵੇ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀਓ ਤੋ ਦੋਸਤੋ ਐਸੀ ਬਹੁਤ ਹੀ ਖੂਬਸੂਰਤ ਮੁਲਾਕਾਤ ਜਿੰਦ ਸਵਾੜਾ ਜੀ ਦੇ ਨਾਲ ਤੁਹਾਨੂੰ ਸਾਡਾ ਅੱਜ ਦਾ ਐਪੀਸੋਡ ਕਿੱਦਾਂ ਦਾ ਲੱਗਿਆ ਸਾਨੂੰ ਜ਼ਰੂਰ ਲਿਖ ਕੇ ਭੇਜਣਾ ਤੁਹਾਡੇ ਸੁਝਾਅ ਤੁਹਾਡਾ ਫੀਡਬੈਕ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਸਾਡਾ ਈਮੇਲ ਆਈਡੀ ਹੈ editorpunjabi@znetwork.com ਅਗਲੀ ਵਾਰ ਇੱਕ ਹੋਰ ਸ਼ਖਸੀਅਤ ਦੇ ਪਿੰਡ ਮੈਂ ਤੁਹਾਨੂੰ ਲੈ ਕੇ ਜਾਵਾਂਗੀ ਤਦ ਤੱਕ ਮੈਨੂੰ ਜੱਸੀ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ।